कांग्रेस की नीतियों से लोग तंग आ चुके हैं सुरजीत सिंह रखड़ा अकाली दल के पूर्व कैबिनेट मंत्री सुरजीत सिंह रखड़ा ने कांग्रेस द्वारा तेल की बढ़ती कीमतों को लेकर धरने पर बोलते हुए कहा कि पंजाब के लोगों ने कांग्रेस को वोट डालकर जिताया है परंतु अब लोग कांग्रेस की नीतियों से तंग आ चुके हैं और आने वाले समय में कांग्रेस को मुँह नहीं लगाएंगे देखो कांग्रेस वाले धरना दे रहे ने चंगी गल है मैं भी हक चाहे डीजल भी पेट्रोल की कीमत घट होनी चाहिए है ਪਰ ਜਿੱਥੇ ਉਹ ਇਹ ਧਰਨਾ ਦੇ ਰਹੇ ਨੇ ਉਥੇ ਉਹਨਾਂ ਨੂੰ ਆਪਣੇ ਮੰਜੇ ਥੱਲੇ ਵੀ ਛੋਟੀ ਫੇਰ ਨਹੀਂ ਚਾਹੀਦੀ ਹੈ ਕਿ ਉਹਨਾਂ ਨੇ ਗੁਟਕਾ ਸਾਫ ਦੀ ਸੌਂ ਖਾ ਕੇ ਕਿਹਾ ਸੀ ਕਿ ਚਾਹੇ ਕਰਜ਼ਾ ਆਰਤੀਆਂ ਦਾ ਹੋਵੇ ਚਾਹੇ ਕਰਜ਼ਾ ਕੋਪਰਡ ਬੈਂਕ ਦਾ ਹੋਵੇ ਚਾਹੇ ਕਰਜ਼ਾ ਕਮਰਸ਼ੀਅਲ ਬੈਂਕ ਦਾ ਹੋਵੇ ਉਹ ਮੈਂ ਦਊਗਾ ਮੇਰੀ ਸਰਕਾਰ ਦਊਗੀ ਕਿਸੇ ਨੂੰ ਭੜਨ ਦੀ ਲੋੜ ਨਹੀਂ ਅੱਜ ਲੋਕ ਡਿਫਾਲਟਰ ਹੋ ਗਏ ਤੇ ਅੱਜ ਜਿਹੜਾ ਬਿਆਜ 4% ਦੀ ਉਹਦੀ ਬਜਾਤੇ 12% ਲੱਗਣ ਲੱਗ ਗਿਆ ਉਹਨਾਂ ਨੂੰ ਸੋ ਬਹੁਤ ਵੱਡੀ ਇੱਕ ਲਾਇਬਿਲਟੀ ਖੜੀ ਕਰਤੀ ਉਹਦੇ ਨਾਲ ਹੀ ਉਹਨਾਂ ਨੇ ਸੌਖਾ ਕੇ ਕਿਹਾ ਸੀ ਕਿ ਅਸੀਂ ਹਰ ਪਰਿਵਾਰ ਦੇ ਵਿੱਚ ਇੱਕ ਇੱਕ ਨੌਕਰੀ ਲੈ ਕੇ ਦੇਵਾਂਗੇ ਅੱਜ ਤੱਕ ਮੇਰਾ ਖਿਆਲ ਹੈ ਵੀ ਸਰਕਾਰ ਨੇ ਕੋਈ ਨੌਕਰੀ ਕੱਢੀ ਨਹੀਂ ਜੇ ਕਰਦੀ ਆਏ ਤੁਹਾਨੂੰ ਪਤਾ ਤਾਂ ਮੈਂ ਜਾ ਦੇਉ ਮੇਰੇ ਖਿਆਲ ਤਾਂ ਹਾਲ ਤੱਕ ਕੋਈ ਇਹੋ ਜੀ ਗੱਲ ਹੋਈ ਨਹੀਂ ਕੋਈ ਉਹਨਾਂ ਨੇ ਕੋਈ ਨੌਕਰੀਆਂ ਕੱਢੀਆਂ ਹੁਣ ਜਾਂ ਕੋਈ ਭਰਤੀ ਕੀਤੀ ਹੋਵੇ ਇਹ ਤਾਂ ਹੁਣ ਗੱਲ ਖਤਮ ਹੋ ਗਈ ਇਹਨਾਂ ਦੀ ਜੀ ਦੇਖੀ ਸਮਰਥਨ ਕੋਈ ਕਿਸਮ ਦਿੰਦਾ ਹੈ ਇਹ ਤਾਂ ਹੁਣ ਉਹ ਜਿਵੇਂ ਕਹਿੰਦੇ ਨੇ ਨਾ ਵੀ ਉਹ ਗੱਲ ਹੈ ਜੇ ਇਹਨਾਂ ਦੀ ਹੁਣ ਆਪਾਂ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਈ ਹੈ ਉੱਥੇ ਉਦੋਂ ਹੋਈ ਸੀ ਜਦੋਂ ਸਾਰੇ ਇਕੱਠੇ ਸੀ ਉੱਥੇ ਰਿਜ਼ਲਟ ਆਪਾਂ ਦੇਖਿਆ ਹੁਣ ਬਲਾਕ ਸ਼ੰਤੀ ਜ਼ਿਲ੍ਹਾ ਪੇਸ਼ੀ ਦੀ ਇਲੈਕਸ਼ਨ ਹੋ ਰਹੀ ਹੈ ਲੋਕਾਂ ਨੇ ਬਹੁਤ ਤਕੜੇ ਹੋ ਕੇ ਵੋਟਾਂ ਪਾ ਕੇ ਇਹਨੂੰ ਬਣਾਇਆ ਸੀ ਪਰ ਜੋ ਹਾਲ ਇਹਨਾਂ ਨੇ ਕੀਤਾ ਹੈ ਦੇਖੋ ਦੂਜੇ ਬੰਦੇ ਨੂੰ ਨਿੰਦਣਾ ਬਹੁਤ ਸ਼ੌਕ ਹੈ ਅੱਜ ਆਪਾਂ ਸਾਰਿਆਂ ਜੋਰ ਦੂਜੇ ਨੂੰ ਨਿੰਦਰ ਤੇ ਲਾ ਰਹੇ ਆਂ ਕਿ ਕੱਲ ਆਪਾਂ ਕੇਜਰੀਵਾਲ ਦੇ ਗੁਣਗਾਉਂਦੇ ਸੀ ਬਹੁਤ ਕਹਿੰਦੇ ਸੀ ਕੇਜਰੀਵਾਲ ਇਹ ਕੇਜਰੀ ਜੀ ਪਾਰਟੀ ਲੈ ਕੇ ਆਜੇ ਲੈ ਇੱਕ ਰੈਵਿਊਲੂਸ਼ਨ ਹੈ ਅੱਜ ਕਹਿੰਦੇ ਆਂ ਵੀ ਜਿਹੜਾ ਕੇਜਰੀਵਾਲ ਹੈ ਉਹ ਕਰਪਟ ਵੀ ਹੈ ਠੱਗ ਵੀ ਹੈ ਚੋਰੀਆਂ ਵੀ ਕਰਦਾ ਹੈ ਉਹ ਜਿੱਦੇ ਟਿਕਟਾਂ ਲਈਆਂ ਨੇ ਜਿੱਦੇ ਇਲੈਕਸ਼ਨ ਲੜੀਆਂ ਉਹਦੇ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ ਜਿੱਦੇ ਛੋਟਾ ਸਿੰਘ ਛੋਟੇਪੁਰ ਨੂੰ ਕੱਢਿਆ ਉਹਦੋਂ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ ਅੱਜ ਸੈਲਫ ਇਨ ਟੈਸਟ ਵੱਧ ਗਏ ਜੇ ਤਾਂ ਮੈਨੂੰ ਫਿੱਟ ਬੈਠ ਗਿਆ ਫਿਰ ਤਾਂ ਮੈਂ ਕਹਿੰਦਾ ਵੀ ਇਹਦਾ ਬਹੁਤ ਵਧੀਆ ਹੈ ਜੇ ਮੈਨੂੰ ਨਹੀਂ ਫਿੱਟ ਬੈਠਿਆ ਮੈਂ ਕਹਿੰਦਾ ਤੁਹਾਡਾ ਕੋਈ ਨਹੀਂ ਸੋ ਇਹ ਬਹੁਤ ਮਾੜਾ ਟ੍ਰੈਂਡ ਹੈ ਚੰਗੇ ਨੂੰ ਚੰਗਾ ਕਹਿਣਾ ਚਾਹੀਦਾ ਮਾੜੇ ਨੂੰ ਮਾੜਾ ਕਹਿਣਾ ਚਾਹੀਦਾ ਸੋ ਇਹ ਉਹ ਜਿਹਨੂੰ ਜਿਹੜੀ ਗੱਲ ਸੂਟ ਕਰਦੀ ਹੈ ਉਹ ਉਧਰ ਨੂੰ ਹੋ ਜਾਂਦਾ ਸੋ ਹੁਣ ਦੇਖੋ ਕਿੰਨੇ ਇਹਨਾਂ ਦੇ ਜੇ ਪੁੱਛੋ ਤੁਸੀਂ ਇਹਨਾਂ ਨੂੰ ਕਿ ਇਹਨਾਂ ਨੇ ਅਨਾਉਂਸ ਕੀਤਾ ਸੀ ਕਿ ਅਸੀਂ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨਾਂ ਬਲਾਕ ਸੰਭਲ ਦੇ ਇਲੈਕਸ਼ਨਾਂ ਜੋਰ ਲਾ ਕੇ ਲੜਾਂਗੇ ਇਹਨੂੰ ਕਿੰਨੇ ਕੈਂਡੀਡੇਟ ਮਿਲਣੇ ਨੇ ਕਿੰਨੇ ਨਾਲੇ ਖੜੇ ਕੀਤੇ ਨੇ ਸੋ ਇਹਨਾਂ ਦੀ ਜਿਹੜਾ ਹੋਂਦ ਹੈ ਉਹ ਖਤਮ ਹੋ ਗਈ ਤੇ ਹੁਣ ਕੀ ਕੀ ਕੰਮ ਕਰ ਰਹੇ ਨੇ ਜਿਹੜੇ ਕੈਂਡੀਡੇਟ ਕਾਂਗਰਸ ਨੇ ਜਾਂ ਸ਼ੋਮਨੀ ਕਾਲੀ ਦਲ ਨੇ ਆਪਣੇ ਚ ਨਹੀਂ ਸ਼ਾਮਲ ਕੀਤੇ ਬਾਹਰ ਕੱਢਦੇ ਉਹਨਾਂ ਨੂੰ ਇਹ ਲੈ ਰਹੇ ਨੇ